ਘੁੰਮਣ ਵਾਲਾ ਪੇਪਰ ਕਲਿੱਪ ਸਭ ਤੋਂ ਸਾਦੀ ਘੁੰਮਣ ਵਾਲੀ ਚੀਜ਼ ਹੈ। ਇਸ ਲਈ ਤੁਹਾਨੂੰ ਸਿਰਫ ਪਲਾਸਟਿਕ ਦੀ ਪਰਤ ਵਾਲਾ ਕਲਿੱਪ ਚਾਹੀਦਾ ਹੈ। ਕਲਿੱਪ ਨੂੰ ਖੋਲ੍ਹੋ ਅਤੇ ਉਸਨੂੰ ਟੌਪ ਦੀ ਜਾਂ ਲਾਟੂ ਦੀ ਸ਼ਕਲ ਦੇ ਲਓ। ਇਹ ਦਿਲ ਦੀ ਤਰ੍ਹਾਂ ਗੋਲ ਹੋਵੇਗਾ ਅਤੇ ਇਸ ਦੇ ਦੋ ਕੋਨੇ ਵਿਚਕਾਰ ਵੱਲ ਹੋਣਗੇ। ਇੱਕ ਕੋਨਾ ਉੱਪਰ ਵੱਲ ਹੋਵੇਗਾ ਅਤੇ ਉਹ ਟੌਪ ਨੂੰ ਘੁੰਮਣ ਲਈ ਡੰਡੀ ਦੀ ਤਰ੍ਹਾਂ ਕੰਮ ਕਰੇਗਾ ਜਾਂ ਕੰਮ ਦੇਵੇਗਾ। ਦੂਜਾ ਕੋਨਾ ਥੱਲੇ ਨੂੰ ਹੋਵੇਗਾ ਅਤੇ ਪਾਈਵਟ ਦਾ ਕੰਮ ਦੇਵੇਗਾ। ਡੰਡੀ ਨੂੰ ਫੜੋ ਅਤੇ ਟੌਪ ਨੂੰ ਘੁਮਾ ਦਿਓ। ਫਿਰ ਇਹ ਲਾਟੂ ਕਾਫੀ ਲੰਬੇ ਸਮੇਂ ਤੱਕ ਮੇਜ਼ 'ਤੇ ਘੁੰਮਦਾ ਰਹੇਗਾ।